नशा करते कान में कुछ तो कागज डाल के सूंघा के रहते हैं, क्या पता मेरे साथ भी किया हो। सुबह मैं उठती हूँ मेरा भी सर भारी हो जाता है, आज तक तो कभी मेरे साथ ऐसा नहीं हुआ। पुलिस के पास जाती हूँ, पुलिस फिर भी मेरे को बोलती है चुप कर जा घर चली जा। क्यों जाऊँ घर, मेरे साथ इतना गलत काम हो गया है फिर भी मैं घर चली जाऊँ। वो मेरे पे हंसता जा रहा था, कुछ भी बोले जा रहा था, मैं रो रही थी फिर भी वो दांत निकल रहा था। ਚੜ੍ਹਦੀ ਜਵਾਨੀ 'ਚ ਨੌਜਵਾਨ ਪੀੜ੍ਹੀ ਪਿਆਰ ਦੇ ਚੱਕਰਾਂ 'ਚ ਪੈ ਜਾਂਦੀ ਹੈ। ਜਦੋਂ ਪਿਆਰ ਵੱਧ ਜਾਂਦਾ ਹੈ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ, ਫਿਰ ਜਦੋਂ ਵਿਆਹ ਹੋਣ ਤੋਂ ਬਾਅਦ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਸ਼ੁਰੂ ਹੁੰਦੀ ਹੈ ਤਾਂ ਇੱਕ ਦੂਜੇ 'ਤੇ ਇਲਜ਼ਾਮ ਲਾਉਣੇ ਵੀ ਸ਼ੁਰੂ ਹੋ ਜਾਂਦੇ ਨੇ। ਅਜਿਹਾ ਹੀ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਵੱਲੋਂ ਆਪਣੇ ਪਤੀ 'ਤੇ ਕੁੱਟਮਾਰ ਕਰਨ ਅਤੇ ਨਸ਼ਾ ਕਰਵਾਉਣ ਦੇ ਇਲਜ਼ਾਮ ਲਾਏ ਜਾ ਰਹੇ ਨੇ। ਨਾਲ ਹੀ ਔਰਤ ਦਾ ਕਹਿਣਾ ਕਿ ਉਸਦਾ ਪਤੀ ਨਸ਼ੇ ਦੀ ਹਾਲਤ 'ਚ ਟੁੰਨ ਹੋ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਮੇਰੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦਾ। ਇਸ ਦੇ ਨਾਲ ਹੀ ਪੀੜਤ ਔਰਤ ਦਾ ਕਹਿਣਾ ਕਿ ਜਦੋਂ ਮੈਂ ਸਾਰੀ ਘਟਨਾ ਦੀ ਜਾਣਕਾਰੀ ਨਜ਼ਦੀਕੀ ਥਾਣੇ 'ਚ ਦਿੱਤੀ ਤਾਂ ਪੁਲਿਸ ਵੱਲੋਂ ਮੇਰਾ ਮਜ਼ਾਕ ਉਡਾਇਆ ਗਿਆ। ਦੋ ਲੜਕੇ ਮੁਝੇ ਮਹਾਰਾਸ਼ਟਰ ਸੇ ਜ਼ਬਰਦਸਤੀ ਕੁਛ ਸੁੰਘਾ ਕੇ ਨਸ਼ਾ ਸੁੰਘਾ ਕੇ ਲੈ ਕੇ ਆਏ ਥੇ, ਉਹਨਾਂ ਨੇ ਮੇਰੇ ਸਾਥ ਜ਼ਬਰਦਸਤੀ, ਉਸ ਲੜਕੇ ਨੇ ਬਲਵੀਰ ਸਿੰਘ ਨਾਮ ਹੈ ਉਸਕਾ, ਉਸਨੇ ਸ਼ਾਦੀ ਕੀ, ਉਸਕੇ ਬਾਅਦ ਸ਼ਾਦੀ ਕੇ ਬਾਅਦ ਉਨ ਲੋਗੋਂ ਨੇ ਮੁਝੇ ਮਾਰਨਾ ਪੀਟਨਾ ਸ਼ੁਰੂ ਕਰ ਦਿਆ। ਉਨਕੇ ਘਰ ਮੇਂ ਵਿੱਕੀ ਖੰਨਾ ਨਾਮ ਕਾ ਲੜਕਾ ਰਹਿਤਾ ਹੈ, ਉਹ ਮੇਰੇ ਸਾਹਮਣੇ ਨਸ਼ਾ ਕਰਤਾ ਥਾ, ਨਸ਼ਾ ਲੇਤਾ ਥਾ, ਨਸ਼ਾ ਵੇਚਤਾ ਥਾ। ਕਿਸ ਚੀਜ਼ ਕਾ ਨਸ਼ਾ ਕਰਤੇ ਥੇ ਵੋ? ਵੋ ਪਤਾ ਨਹੀਂ, ਲਾਈਟਰ ਜੈਸਾ ਹੋਤਾ ਥਾ, ਫਰੂਟਸ ਕੇ ਕਾਗਜ਼ ਮੇਂ ਡਾਲ ਕੇ ਇਸੇ ਲਾਈਟਰ ਸੇ ਨਸ਼ਾ ਕਰਤਾ ਥਾ। ਫਿਰ ਬਾਅਦ ਮੇਂ ਮੁਝੇ ਪਤਾ ਚਲਾ ਡਰੱਗਸ ਲੇਤਾ ਹੈ, मारते पीटते थे, तंग करते थे। उसका जो मेरा पति बलवीर सिंह, उसका जीजा था, वो भी हमारे घर में आके बैठता था, नशा करता था, लड़के लेके आता था, मेरे को मारा पीटा, शराब पी के मेरे साथ टॉर्चर किया। उसके बाद मेरे को, मैं थाने में चली गई, थाने में भी मेरी कार्रवाई नहीं हुई। थाने में मैंने सारी बातें बताई कि मेरे को ये लोग ऐसा ऐसा कर रहे, इतने दूर से लेके आए, मेरे साथ 2 महीने मेरा यूज कर लिया, मेरी इज्जत के साथ खेल लिया। अब जब इनका मन भर गया, इन्होंने मुझे छोड़ दिया। अब मैं भी एक इंसान हूँ, मैं भी लड़की हूँ, मेरे को भी इज्जत है, मुझे भी इंसाफ मिलना चाहिए। मैं पुलिस स्टेशन में City 2 में चली गई, उधर एक कीमती लाल नाम का पुलिस था, मैं बोली जा रही थी, वो जोर जोर से हंस रहा था, मेरा मजाक उड़ा रहा था, मेरे को इतनी गंदी गंदी बातें बोल रहा था, फिर भी मैं चुप रही थी। वो इतना गंदा गंदा मेरे को बोले जा रही थी, 3 घंटा उन्होंने मुझे थाने में बिठा के रखा, मेरे को गंदी गंदी बातें बोले जा रहे थे। मैंने उनको ये भी बोला कि वो लड़का गलत काम करता है, नशा बेचता है। वो बोलते हैं वो तो हमें पता है। मैंने बोला अगर आपको पता है तो आप एक्शन लो, आज एक लड़का कर रहा है, आप उसको बचा रहे हो, कल सारी दुनिया करेगी, पुलिस नहीं सब करेगी तो कौन करेगी। उसके बाद फिर वो जो लड़का था वो मुझे मेरा पति घर लेके गया। उसके बाद घर जाके वो विकी मेरे को बोलता है तुम पुलिस के पास गई, कुछ हुआ, पुलिस मेरा कुछ नहीं कर सकती, मेरा मामा है मेले। ਉਧਰ ਇਸ ਮਾਮਲੇ ਬਾਰੇ ਪੁਲਿਸ ਦਾ ਕੀ ਵਿਚਾਰ ਹੈ ਉਹ ਵੀ ਸੁਣੋ। ਪਤਾ ਲੱਗਿਆ, ਮੈਂ ਕੀਮਤੀ ਲਾਲ ਤੋਂ ਪੁੱਛਿਆ ਸਬ ਇੰਸਪੈਕਟਰ, ਕੁਛ 1.5-2 ਮਹੀਨੇ ਪਹਿਲਾਂ ਕੋਈ ਨਾਸਿਕ ਤੋਂ ਕੋਈ ਪੁਲਿਸ ਆਈ ਸੀ, ਉਹਨਾਂ ਕੋਲ ਕੋਈ ਗੁੰਮਸ਼ੁਦਗੀ ਸੀਗੀ ਲੜਕੀ ਸੰਬੰਧੀ, ਅਤੇ ਉਹਦੇ ਨਾਲ ਦੇ ਕੋਈ ਵਾਰਸ ਵੀ ਸੀਗੇ, ਤਾਂ ਇੱਥੋਂ ਸਬ ਇੰਸਪੈਕਟਰ ਕੀਮਤੀ ਲਾਲ ਨਾਸਿਕ ਪੁਲਿਸ ਨਾਲ ਗਏ ਸੀਗੇ, ਅਤੇ ਉੱਥੇ ਜਾ ਕੇ ਜਦੋਂ ਉਹਨਾਂ ਨੇ ਪਤਾ ਕੀਤਾ, ਉਹ ਕੁੜੀ ਇੱਕ ਮੁੰਡੇ ਨਾਲ ਆਈ ਹੋਈ ਸੀ ਇੱਥੇ, ਉਹ ਕਲੇਮ ਕਰ ਰਹੀ ਸੀ ਮੇਰੀ ਮੈਰਿਜ ਹੋਈ ਆ, ਕੁੜੀ ਬਾਲਗ ਸੀ, ਤਾਂ ਇਹ ਉਹਨਾਂ ਨੂੰ ਮਿਲ ਕੇ ਦੱਸ ਕੇ ਆ ਗਏ ਸੀ ਨਾਸਕ ਕੋਲ ਵੀ ਅੱਜ ਵਾਪਸ ਆ ਗਈ ਸੀ, ਅਤੇ ਆਹ ਮੈਟਰ ਸੀ। ਡਰੱਗਸ ਦੇ ਬਾਰੇ ਦੇ ਵਿੱਚ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਊਗੀ, ਜਦੋਂ ਵੀ ਉਸ ਇਨਫੋਰਮੇਸ਼ਨ ਦੇ ਆਧਾਰ 'ਤੇ ਕੋਈ ਰਿਕਵਰੀ ਹੋਊਗੀ ਤਾਂ ਅਸੀਂ ਬਿਲਕੁਲ ਪੁਖਤਾ ਕਾਰਵਾਈ ਕਰਾਂਗੇ, ਕਿਉਂਕਿ ਨਾਸਿਕ ਤੋਂ ਆਈ ਆ, ਉਹਦੇ ਪੇਰੈਂਟਸ ਵੀ ਉਹਨੂੰ ਨਹੀਂ ਕੋਈ ਅਕੋਮੋਡੇਟ ਕਰ ਰਹੇ, ਅਤੇ ਉਹਦੇ ਵਿੱਚ ਉਹ ਚਾਹੁੰਦੀ ਹੈ ਵੀ ਉਹਦੇ ਖਿਲਾਫ਼ ਕੋਈ ਕਾਰਵਾਈ ਹੋਵੇ, ਅਗਰ ਕੋਈ ਪੁਖਤਾ ਕਾਰਵਾਈ ਬਣੇਗੀ ਤਾਂ ਜ਼ਰੂਰ ਕਰਾਂਗੇ, ਦੈਟਸ ਵਾਈ ਉਹ ਪੁਲਿਸ ਦੇ ਅਗੇਂਸਟ ਨੇ।
ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਨਾਸਿਕ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜੋ ਲਵ ਮੈਰਿਜ ਕਰਵਾ ਕੇ ਕਾਫੀ ਲੰਬੇ ਸਮੇਂ ਤੋਂ ਖੰਨੇ 'ਚ ਰਹਿ ਰਹੀ ਸੀ। ਖੰਨਾ ਤੋਂ ਸੁਖਵਿੰਦਰ ਸਿੰਘ ਭਾਦਲਾ ਦੀ ਰਿਪੋਰਟ, ਰੋਜ਼ਾਨਾ ਟਾਈਮਜ਼।